ਦਲ ਵੱਲੋਂ ਕਾਫੀ ਇਲਜ਼ਾਮ ਲੱਗੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਦੇਖਣਾ ਹੈ ਇਦਾਂ ਦੇ ਸ਼ਬਦਾਵਲੀ ਬੋਲੀ ਗਈ ਹੈ ਨਹੀਂ ਨਹੀਂ ਉਹ ਤਾਂ ਆਪ ਹੀ ਪਹਿਲਾਂ ਕਹਿੰਦੇ ਰਹੇ 10 ਸਾਲ ਉਹ ਸਾਰਿਆਂ ਨੂੰ ਵੇਖਦੇ ਰਹੇ ਅਸੀਂ ਤਾਂ ਅੱਜ ਤੱਕ ਪੌਣੇ 5 ਸਾਲਾਂ 'ਚ ਕਿਸੇ ਨੂੰ 57 ਵੀ ਨਹੀਂ ਕਰਾ ਕੇ ਵੇਖੀ ਇਹ ਤਾਂ ਉਹਨਾਂ ਦਾ ਉਹ ਇਸ ਕੰਮ ਦੇ ਵਿੱਚ ਐਕਸਪਰਟ ਨੇ ਉਹ ਕਹਿ ਕਹਿ ਕੇ ਗੱਲਾਂ ਕਰਦੇ ਨੇ ਉਹੀ ਕਰਦੇ ਨੇ ਸਾਡੇ ਵਿੱਚ ਕੋਈ ਕਾਂਗਰਸ ਵਿੱਚ ਇਹ ਜਾਂ ਕੋਈ ਉਹ ਨਹੀਂ ਬਰਬਾਦ ਕਾਂਗਰਸ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਤੋਂ ਚਿਹਰੇ ਜੁੜ ਰਹੇ ਨੇ ਜਿਹੜੇ ਵੱਡੇ ਚਿਹਰੇ ਨੇ ਜਿਵੇਂ ਹੁਣ ਅੱਜ ਜਗਤਾਰ ਸਿੰਘ ਜੱਗੇ ਦੀ ਗੱਲ ਕਰੀਏ ਤਾਂ ਉਹ ਵੀ ਜੱਫੀ ਪਾ ਕੇ ਗਏ ਵੇਖੋ ਗੱਲ ਇੱਕ ਹੈ ਵੀ ਜਿਹੜਾ ਆਮ ਪਾਰਟੀ ਦੀ ਗੱਲ ਸੀ ਉਹ ਚੰਨੀ ਸਾਹਿਬ ਨੇ ਸਾਰੀ ਆਪ ਪਾਰਟੀ ਵਾਲੀ ਖੋਲੀ ਹੈ ਅੱਜ ਤਮਾਮ ਪੰਜਾਬ ਦੇ ਲੋਕਾਂ 'ਚ ਆਮ ਪਾਰਟੀ ਦਾ ਚਿਹਰਾ ਤਾਂ ਚੰਨੀ ਸਾਹਿਬ ਬਣੇ ਹੈ ਦਿੱਲੀ ਦੇ ਵਿੱਚ ਕਰੋਨਾ ਨਾਲ ਕਿੰਨੇ ਪੇਸ਼ੈਂਟ ਮਰੇ ਸਾਰੀਆਂ ਸੜਕਾਂ ਭਰ ਗਈਆਂ ਅਤੇ ਸਾਰੇ ਪੇਸ਼ੈਂਟ ਦਿੱਲੀ ਦੇ ਸਾਡੇ ਪੰਜਾਬ 'ਚ ਜਾ ਕੇ ਭਰਤੀ ਹੋ ਕੇ ਠੀਕ ਹੋ ਗਏ ਅਤੇ ਕੀ ਕੰਪੇਅਰ ਕਰੋਗੇ ਪੰਜਾਬ ਦੇ ਨਾਲ ਉਹਨਾਂ ਦਾ ਇਹ ਤਾਂ ਵਾਧੂ ਡਰਾਮੇ ਕਰਦੇ ਫਿਰਦੇ ਆ ਐਵੇਂ ਉੱਥੇ ਡਰਾਮਾ ਚੱਲ ਗਿਆ ਉੱਥੇ ਉਹ ਬੀਜੇਪੀ ਨਾਲ ਚੱਲਦੇ ਨੇ ਮੋਦੀ ਨਾਲ ਚੱਲਦਾ ਕੇਜਰੀਵਾਲ ਸਾਰੀ ਗੱਲਬਾਤ ਹੈ ਉਹਨਾਂ ਨੇ ਉਹਨਾਂ ਦੀ ਬੀ ਪਾਰਟੀ ਹੈ ਨਾਲ ਗੁਰਪ੍ਰੀਤ ਸਿੰਘ ਕਾਂਗੜ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਅੱਜ ਵਿਧਾਨ ਸਭਾ ਦੇ ਵਿੱਚ ਕਾਫੀ ਹਲਚਲ ਹੋਈ ਆ ਕਾਂਗੜ ਸਾਹਿਬ ਕਾਫੀ ਹਲਚਲ ਹੋਈ ਆ ਕਾਫੀ ਟਾਈਮ ਦੇ ਬਾਅਦ ਜਿਹੜੀ ਹਲਚਲ ਇਹ ਦੇਖਣ ਨੂੰ ਮਿਲਿਆ ਵਿਧਾਨ ਸਭਾ ਦੇ ਅੰਦਰ ਵੇਖੋ ਹਲਚਲ ਤਾਂ ਆਮ ਤੌਰ 'ਤੇ ਜਦੋਂ ਵੀ ਸੈਸ਼ਨ ਚੱਲਦੇ ਆ ਹੁੰਦੀ ਰਹਿੰਦੀ ਹੈ ਪਰ ਗੱਲ ਆਉਂਦੀ ਹੈ ਵੀ ਜਦੋਂ ਮਾੜੀ ਸ਼ਬਦਾਵਲੀ ਮੈਂ ਪਿਛਲੇ ਸਮੇਂ 'ਚ ਵੇਖਿਆ ਜੋ ਪਿਛਲੀ ਗੌਰਮੈਂਟ ਜਿਹੜੀ ਅਕਾਲੀ ਦਲ ਬੀਜੇਪੀ ਸੀ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਇਸ ਹਾਊਸ 'ਚ ਕੱਢਦੇ ਵੇਖਿਆ ਜਿਹੜਾ ਵੀ ਸਾਡੇ ਆਉਣ ਵਾਲੇ ਬੱਚਿਆਂ ਨੂੰ ਬਹੁਤ ਇੱਕ ਮਾੜੀ ਸੇਧ ਦੇਣ ਜਾ ਰਹੇ ਹਾਂ ਅਸੀਂ ਆਉਣ ਵਾਲੇ ਲੀਡਰਾਂ ਨੂੰ ਇਸ ਕਰਕੇ ਬਹੁਤ ਪਵਿੱਤਰ ਸਦਨ ਆ ਸਾਨੂੰ ਬੜੀ ਸਾਫ਼ ਸੁਥਰੀ ਲੈਂਗੁਏਜ ਰਿਸਪੈਕਟਫੁਲੀ ਬੋਲਣੀ ਚਾਹੀਦੀ ਹੈ ਤਾਂ ਜੋ ਅਸੀਂ ਜੋ ਪੰਜਾਬ ਦੇ ਇੱਥੇ ਭੱਖਦੇ ਮਸਲੇ ਲੈ ਕੇ ਆਉਂਦੇ ਹਾਂ ਪੰਜਾਬ ਦੀ ਆਵਾਜ਼ ਬਣ ਕੇ ਆਉਂਦੇ ਹਾਂ ਅਸੀਂ ਉਹਨਾਂ ਪੰਜਾਬ ਦੇ ਲਈ ਕੁਛ ਨਾ ਕੁਛ ਚੰਗਾ ਕਰਕੇ ਸੋਚ ਕੇ ਇੱਥੇ ਵਿਚਾਰ ਵਟਾਂਦਰਾ ਕਰੀਏ ਤਾਂ ਜੋ ਪੰਜਾਬ ਦਾ ਭਵਿੱਖ ਚੰਗੇ ਪਾਸੇ ਜਾ ਸਕੇ ਇੱਥੇ ਅਸੀਂ ਆਪਣੀਆਂ ਕਿਹੜਾ ਨਹੀਂ ਕੱਢਣਾ ਚਾਹੀਦੀਆਂ ਇਸ ਕਰਕੇ ਸਾਰਿਆਂ ਵਾਸਤੇ ਹੀ ਉਹਦੇ 'ਚ ਮੈਂ ਵੀ ਹੋਵਾਂ ਜਾਂ ਕੋਈ ਹੋਰ ਵੀ ਹੋਵੇ ਸਾਨੂੰ ਸਾਰਿਆਂ ਨੂੰ ਵਾਜਬ ਅਤੇ ਆਪਦੇ ਟਰੰਮੇ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਕਾਂਗਰਸ ਸਾਹਿਬ ਅਕਾਲੀ ਦਲ ਵੱਲੋਂ ਕਾਫੀ ਇਲਜ਼ਾਮ ਲੱਗੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਦੇਖਣਾ ਹੈ ਇਦਾਂ ਦੇ ਸ਼ਬਦਾਵਲੀ ਬੋਲੀ ਗਈ ਹੈਗੀ ਨਹੀਂ ਨਹੀਂ ਉਹ ਤਾਂ ਆਪ ਹੀ ਪਹਿਲਾਂ ਕਹਿੰਦੇ ਰਹੇ 10 ਸਾਲ ਉਹ ਸਾਰਿਆਂ ਨੂੰ ਵੇਖਦੇ ਰਹੇ ਅਸੀਂ ਤਾਂ ਅੱਜ ਤੱਕ ਪੌਣੇ 5 ਸਾਲਾਂ 'ਚ ਕਿਸੇ ਨੂੰ 57 ਵੀ ਨਹੀਂ ਕਰਾ ਕੇ ਵੇਖੀ ਇਹ ਤਾਂ ਐਵੇਂ ਉਹਨਾਂ ਦਾ ਉਹ ਇਸ ਕੰਮ ਦੇ ਵਿੱਚ ਐਕਸਪਰਟ ਨੇ ਉਹ ਕਹਿ ਕਹਿ ਕੇ ਗੱਲਾਂ ਕਰਦੇ ਨੇ ਉਹੀ ਕਰਦੇ ਨੇ ਸਾਡੇ ਵਿੱਚ ਕੋਈ ਕਾਂਗਰਸ ਵਿੱਚ ਇਹ ਜਾਂ ਕੋਈ ਉਹ ਨਹੀਂ ਬਰਬਾਦ ਕਾਂਗਰਸ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਤੋਂ ਚਿਹਰੇ ਜੁੜ ਰਹੇ ਨੇ ਜਿਹੜੇ ਵੱਡੇ ਚਿਹਰੇ ਨੇ ਜਿਵੇਂ ਹੁਣ ਅੱਜ ਜਗਤਾਰ ਸਿੰਘ ਜੱਗੇ ਦੀ ਗੱਲ ਕਰੀਏ ਤਾਂ ਉਹ ਵੀ ਜੱਫੀ ਪਾ ਕੇ ਗਏ ਨੇ ਵੇਖੋ ਗੱਲ ਇੱਕ ਹੈ ਵੀ ਜਿਹੜਾ ਆਮ ਪਾਰਟੀ ਦੀ ਗੱਲ ਸੀ ਉਹ ਚੰਨੀ ਸਾਹਿਬ ਨੇ ਸਾਰੀ ਆਪ ਪਾਰਟੀ ਵਾਲੀ ਖੋਲੀ ਹੈ ਅੱਜ ਤਮਾਮ ਪੰਜਾਬ ਦੇ ਲੋਕਾਂ 'ਚ ਆਮ ਪਾਰਟੀ ਦਾ ਚਿਹਰਾ ਤਾਂ ਚੰਨੀ ਸਾਹਿਬ ਬਣੇ ਹੈ ਉਹ ਤਾਂ ਐਵੇਂ ਡਰਾਮੇ ਕਰਦੇ ਸੀ ਜਿਹੜੇ ਦਿੱਲੀ ਵਾਲੇ ਪੰਜਾਬ ਨੂੰ ਆ ਕੇ ਦੂਜਾ ਬਗਾਨਾ ਕਿਤੇ ਆਪਦਾ ਬਣਦਾ ਹੁੰਦਾ ਜੇ ਕਹਿੰਦੇ ਦਾ ਮਾਰੂ ਤਾਂ ਆਪਦਾ ਛਾਵੇਂ ਸਿੱਟੂ ਉਹ ਗੱਲ ਆ ਵੀ ਜੇ ਅੱਜ ਜਿਹੜੇ ਦਿੱਲੀ ਦੇ ਇੱਥੇ ਪੰਜਾਬ ਦੇ ਉੱਤੇ ਅੱਖ ਰੱਖੀ ਫਿਰਦੇ ਆ ਵੀ ਅਸੀਂ ਇੱਥੇ ਆ ਕੇ ਲੁੱਟ ਲਾਂਗੇ ਕਰ ਲਾਂਗੇ ਪੰਜਾਬ ਦੇ ਲੋਕਾਂ ਦੇ ਵੀ ਬਰਦਾਸ਼ਤ ਨਹੀਂ ਕਰਨਗੇ ਅੱਜ ਬਿਜਲੀ ਦਾ ਰੇਟ ਅੱਜ ਅਸੀਂ ਸਾਡੇ ਸੀ ਐਮ ਸਾਹਿਬ ਨੇ ਦੱਸਿਆ ਦਿੱਲੀ 'ਚ ਰੇਟ ਕੀ ਆ ਅਤੇ ਪੰਜਾਬ 'ਚ ਕੀ ਆ ਦੱਸੋ ਕੀ ਕਰ ਦੇਣਗੇ ਇੱਥੇ ਆ ਕੇ ਅਤੇ ਦਿੱਲੀ ਦੇ ਵਿੱਚ ਕਰੋਨਾ ਨਾਲ ਕਿੰਨੇ ਪੇਸ਼ੈਂਟ ਮਰੇ ਸਾਰੀਆਂ ਸੜਕਾਂ ਭਰ ਗਈਆਂ ਅਤੇ ਸਾਰੇ ਪੇਸ਼ੈਂਟ ਦਿੱਲੀ ਦੇ ਸਾਡੇ ਪੰਜਾਬ 'ਚ ਜਾ ਕੇ ਭਰਤੀ ਹੋ ਕੇ ਠੀਕ ਹੋ ਗਏ ਅਤੇ ਕੀ ਕੰਪੇਅਰ ਕਰੋਗੇ ਪੰਜਾਬ ਦੇ ਨਾਲ ਉਹਨਾਂ ਦਾ ਇਹ ਤਾਂ ਵਾਧੂ ਡਰਾਮੇ ਕਰਦੇ ਫਿਰਦੇ ਆ ਐਵੇਂ ਉੱਥੇ ਡਰਾਮਾ ਚੱਲ ਗਿਆ ਉੱਥੇ ਉਹ ਬੀਜੇਪੀ ਨਾਲ ਚੱਲਦੇ ਨੇ ਮੋਦੀ ਨਾਲ ਚੱਲਦਾ ਕੇਜਰੀਵਾਲ ਸਾਰੀ ਗੱਲਬਾਤ ਹੈ ਉਹਨਾਂ ਨੇ ਉਹਨਾਂ ਦੀ ਬੀ ਪਾਰਟੀ ਹੈ ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਕਾਫੀ ਨਿਸ਼ਾਨੇ ਸਿੱਧੇ ਗਏ ਨੇ ਬੜਿੰਗ ਸਾਹਿਬ ਦੇ ਉੱਪਰ ਕਿ ਉਹਨਾਂ ਨੇ ਕਿਹਾ ਗਿਆ ਕਿ ਕਦੇ ਕਾਂਗਰਸੀਆਂ ਦੀ ਬੱਸ ਨਹੀਂ ਫੜੇਗੀ ਅਕਾਲੀ ਦਲ ਦੀਆਂ ਬੱਸਾਂ ਹੀ ਫੜੀਆਂ ਜਾਂਦੀਆਂ ਨੇ ਉਹਦਾ ਨਾਂ ਕੀ ਲੈਣਾ ਉਹਦਾ ਦੱਸ ਕੀ ਪੁੱਛਣਾ ਉਹਦਾ ਜਿੰਨਾ ਕਿ ਤੁਹਾਨੂੰ ਪਤਾ ਹੀ ਸੀ ਵੀ ਕਿੰਨੀ ਉਸ ਦੀ ਗੱਲ ਸੀ ਉਸ ਪਰਿਵਾਰ 'ਚ ਬਾਦਲ ਪਰਿਵਾਰ ਦੀ ਅਤੇ ਅੱਜ ਪਰਿਵਾਰ ਬਾਦਲ ਪਰਿਵਾਰ ਨੇ ਉਹਨੂੰ ਖੁੱਡੇ ਲੈਣ ਲਾਇਆ ਵਾ ਉਹ ਇਰੀਟੇਟ ਹੋਇਆ ਵਾ ਇਸ ਕਰਕੇ ਉਹ ਜੋ ਬੋਲੀ ਜਾਂਦਾ ਆਪਦੀ ਬੋਲੀ ਬੋਲੀ ਜਾਂਦਾ ਬਸ ਉਹ ਕਾਂਗਰਸ ਸਾਹਿਬ 2022 ਨੂੰ ਕਿਵੇਂ ਦੇਖਦੇ ਹੋ ਫਿਰ ਜਾਂਦੇ ਜਾਂਦੇ ਅੱਜ ਕਿਉਂਕਿ ਵਿਧਾਨ ਸਭਾ ਦਾ ਆਖਰੀ ਇਜਲਾਸ ਸੀਗਾ ਆਖਰੀ ਦਿਨ ਸੀਗਾ ਵਿਧਾਨ ਸਭਾ ਦਾ ਜਾਂਦੇ ਜਾਂਦੇ ਇਹ ਦੱਸ ਜਿਓ ਕਿ 2022 ਦੇ ਵਿੱਚ ਕਿਸ ਦੀ ਸਰਕਾਰ ਦੇਖਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਕਾਂਗਰਸੀ ਹੋ ਕਾਂਗਰਸ ਦੇ ਉੱਪਰ ਵੀ ਕਾਫੀ ਇਲਜ਼ਾਮ ਲੱਗੇ ਨੇ ਕਿ 4.5 ਸਾਲਾਂ ਦੇ ਵਿੱਚ ਕੁਛ ਨਹੀਂ ਹੋਇਆ ਹੁਣ ਆ ਕੇ ਸੋਸ਼ੇ ਛੱਡ ਰਹੇ ਨੇ ਵੇਖੋ ਵੀ ਮੈਂ ਕੋਈ ਪਾਂਡਾ ਨਹੀਂ ਨਾ ਮੈਂ ਕੋਈ ਅੰਤਰਜਾਮੀ ਹੈ ਗੁਰੂ ਮਹਾਰਾਜ ਉੱਤੇ ਸੱਚਾ ਪਾਤਸ਼ਾਹ ਵੇਖਦਾ ਹੈ ਜੇ ਅਸੀਂ ਕੁਛ ਕੀਤਾ ਹੋਇਆ ਚੰਗਾ ਕੀਤਾ ਹੋਇਆ ਤਾਂ ਸਾਨੂੰ ਚੰਗਾ ਰਿਜ਼ਲਟ ਮਿਲ ਜੂਗਾ ਜੇ ਅਸੀਂ ਕੋਈ ਗਲਤ ਅਸੀਂ ਕੋਈ ਨਾ ਕੀਤਾ ਹੋਇਆ ਪੰਜਾਬ ਲਈ ਜਾਂ ਆਪਦੇ ਹਲਕੇ ਲਈ ਫਿਰ ਸਾਨੂੰ ਉਹੋ ਜਿਹਾ ਰਿਜ਼ਲਟ ਮਿਲ ਜੂਗਾ ਮੈਂ ਇਹ ਨਹੀਂ ਕਹੂੰਗਾ ਵੀ ਮੈਂ ਬਹੁਤ ਤਕੜਾ ਮੈਂ ਜਿੱਤ ਕੇ ਆਊਂਗਾ ਪਰ ਮੈਂ ਆਪਣੇ ਕੰਮਾਂ 'ਤੇ ਮੈਨੂੰ ਮਾਣ ਮਹਿਸੂਸ ਹੈ ਮੇਰੇ ਰਾਮਪੁਰਾ ਫੂਲ ਦੇ ਹਲਕੇ ਦੇ ਲੋਕ ਹੈ ਉਹ ਚੰਗੀ ਤਰ੍ਹਾਂ ਭਣੀ ਪਾਤ ਅੱਜ ਰਾਮਪੁਰੇ ਫੂਲ ਦੀ ਜੋ ਪਿੰਡਾਂ ਦੀ ਡਿਵੈਲਪਮੈਂਟ ਹੋਈ ਹੈ ਉਹ ਸਾਰਾ ਕੁਛ ਉਹਨਾਂ ਨੂੰ ਪਤਾ ਹੈ ਇਸ ਕਰਕੇ ਮੈਂ ਤਾਂ ਉਹਨਾਂ 'ਤੇ ਵੋਟ ਰੱਖਦਾ ਆਪਦੇ ਰਾਮਪੁਰਾ ਫੂਲ ਦੀ ਸੰਗਤ 'ਤੇ ਜੋ ਫੈਸਲਾ ਕਰਨਗੇ ਸਰ ਮੱਥੇ 'ਤੇ ਆਸਫ ਦੇ ਮੁੰਦੇ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ
ਵੀ ਇਸ ਦੇ ਮੁੱਦੇ ਨੂੰ ਲੈ ਕੇ ਅਸੀਂ ਡਿਨਾਈ ਕੀਤਾ ਵੀ ਅਸੀਂ ਨਹੀਂ ਹੋਣ ਦੇਵਾਂਗੇ ਜੀ। ਚਲੋ ਜੀ, ਤਾਂ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਕਾਂਗੜ ਮੌਜੂਦ ਸਨ, ਤਾਂ ਉਹਨਾਂ ਦਾ ਕਹਿਣਾ ਗਾ ਕਿ ਜਿਹੜੇ ਫੈਸਲੇ ਹੋਏ ਨੇ ਵਿਧਾਨ ਸਭਾ ਦੇ ਵਿੱਚ ਉਹ ਇੱਕ ਸ਼ਲਾਘਾ ਯੋਗ ਨੇ, ਤਾਂ ਦੇਖਣਾ ਹੋਵੇਗਾ ਕਿ ਕਿਹੜੇ ਫੈਸਲੇ ਕਿੰਨੇ ਕੁ ਸ਼ਲਾਘਾ ਯੋਗ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਤਾਂ ਜੁੜੇ ਰਹੋ ਕੇ ਟੀ ਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।